ਹਰ ਸਾਲ ਜਦੋਂ ਰੇਨੀ ਸੀਜ਼ਨ ਸਟਾਰਟ ਹੁੰਦਾ ਹੈ ਤੇ ਅਸੀਂ ਪੇੜ ਲਗਾਉਣਾ ਸ਼ੁਰੂ ਕਰਦੇ ਹਾਂ। ਇਹ ਅਲੱਗ ਅਲੱਗ ਕਿਸਮ ਦੇ ਪਲਾਂਟਸ ਹੈਗੇ, ਇਹਦੇ ਵਿੱਚ ਕੁਛ ਮੈਡੀਸਨਲ ਪਲਾਂਟਸ ਹੈਗੇ, ਕੁਛ ਫਰੂਟ ਪਲਾਂਟਸ ਹੈਗੇ, ਕੁਛ ਡੈਕੋਰੇਟਿਵ ਪਲਾਂਟ ਹੈਗੇ ਆ। ਉਮੀਦ ਚੈਰੀਟੇਬਲ ਫਾਊਂਡੇਸ਼ਨ ਕੀ ਤਰਫ ਸੇ ਜੇ ਜੋ ਮੁਹਿੰਮ ਹੈ ਕਾਫੀ ਦੇਰ ਸੇ ਚੱਲ ਰਹੀ ਹੈ, ਇਹਨਾਂ ਕਈ ਜਗ੍ਹਾ ਪਰ ਪਲਾਂਟਸ ਲਗਵਾਏ ਹੈ। ਉਮੀਦ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਅੱਜ ਸਿਵਲ ਹੋਸਪਿਟਲ ਵਿਖੇ 25 ਤੋਂ 30 ਜਿਹੜੀ ਪਲਾਂਟਸ ਜਿਹੜੇ ਲਗਾਏ ਗਏ ਹੈ, ਇਹ ਅਲੱਗ ਅਲੱਗ ਕਿਸਮ ਦੇ ਪਲਾਂਟਸ ਹੈਗੇ, ਇਹਦੇ ਵਿੱਚ ਕੁਛ ਮੈਡੀਸਨਲ ਪਲਾਂਟਸ ਹੈਗੇ, ਕੁਛ ਫਰੂਟ ਪਲਾਂਟਸ ਹੈਗੇ, ਕੁਛ ਡੈਕੋਰੇਟਿਵ ਪਲਾਂਟ ਹੈਗੇ ਆ। ਇਹ ਇੱਕ ਬਹੁਤ ਹੀ ਅੱਛੀ ਮੁਹਿੰਮ ਹੈਗੀ ਹੈ, ਇਹਦੇ ਨਾਲ ਇੱਕ ਤਾਂ ਇਨਵਾਇਰਮੈਂਟ ਸਾਫ਼ ਹੁੰਦਾ ਹੈਗਾ, ਪੋਲਿਊਸ਼ਨ ਫੈਲਣ ਤੋਂ ਰੁਕਦਾ ਹੈਗਾ, ਅਤੇ ਜਿਹੜੀ ਹਰਿਆਲੀ ਹੈਗੀ ਹੈ ਇਹ ਹੁੰਦੀ ਹੈਗੀ ਹੈ। ਮੈਂ ਉਮੀਦ ਚੈਰੀਟੇਬਲ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਆਸ਼ਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਦੀ ਪਲਾਂਟੇਸ਼ਨ ਡਰਾਈਵ ਜਿਹੜੀ ਸਿਵਲ ਹੋਸਪਿਟਲ ਵਿਖੇ ਜਿਹੜੀ ਹੈਗੀ ਹੈ ਇਹ ਕੰਟੀਨਿਊ ਕਰਨੀ ਹੈ। ਕਿ ਪਹਾੜਾਂ ਵਿੱਚ ਲੈਂਡ ਸਲਾਈਡਿੰਗ ਹੋ ਗਈ ਹੈ ਜਾਂ ਫਿਰ ਕਿਸੇ ਏਰੀਏ ਵਿੱਚ ਬਹੁਤ ਸਾਰੀ ਬਾੜ ਆ ਗਈ ਹੈ ਜਾਂ ਬਹੁਤ ਸੌਖਾ ਹੋ ਗਿਆ, ਇਹ ਸਾਰੀ ਜਿਹੜੀਆਂ ਮਿਸਹੈਪਨਿੰਗਸ ਹੁੰਦੀਆਂ ਉਹਨਾਂ ਦਾ ਕੀ ਕਾਰਨ ਹੈ? ਇੱਕ ਬਹੁਤ ਵੱਡੀ ਸੋਚ ਹੈ ਸਾਡੇ ਵਾਸਤੇ ਅਤੇ ਇਹਨਾਂ ਇਸ ਜਿਹੜੀ ਮਿਸਹੈਪਨਿੰਗ ਹੁੰਦੀ ਹੈ ਇਹਦਾ ਮੇਨ ਰੀਜ਼ਨ ਜਿਹੜਾ ਹੁੰਦਾ ਹੈ ਉਹ ਹੈ ਪੇੜਾਂ ਦੀ ਕਟਾਈ। ਪੇੜਾਂ ਦੀ ਕਟਾਈ ਕਿਸ ਟਾਈਪ ਨਾਲ ਹੁੰਦੀ ਹੈ ਔਰ ਕਿਉਂ ਹੁੰਦੀ ਹੈ? ਅਸੀਂ ਡਿਵੈਲਪਮੈਂਟ ਦੇ ਨਾਮ 'ਤੇ ਜਦੋਂ ਵੱਡੀ ਵੱਡੀ ਟਨਲਸ ਬਣਦੀਆਂ ਜਾਂ ਹਾਈਵੇ ਬਣਦੇ ਆ ਤੇ ਹਜ਼ਾਰਾਂ ਦੀ ਗਿਣਤੀ ਨਾਲ ਜਿਹੜੇ ਪੇੜ ਕੱਟੇ ਜਾਂਦੇ ਆ, ਕਿਆ ਜਿਹੜੇ ਹਜ਼ਾਰਾਂ ਦੀ ਗਿਣਤੀ ਨਾਲ ਕੱਟੇ ਜਾਂਦੇ ਆ ਉਨੀ ਹੀ ਗਿਣਤੀ ਵਿੱਚ ਲਗਾਏ ਜਾਂਦੇ ਆ? ਨਹੀਂ, ਕਿਉਂਕਿ ਇਹ ਇੱਕ ਬਹੁਤ ਵੱਡਾ ਸਵਾਲ ਹੈ ਸਾਡੇ ਇਨਵਾਇਰਮੈਂਟ ਦੇ ਉੱਪਰ ਅਤੇ ਜਿਹਦਾ ਜਵਾਬ ਅਸੀਂ ਨਾ ਵਿੱਚ ਹੀ ਦੇ ਸਕਦੇ ਹਾਂ। ਅਤੇ ਡਿਵੈਲਪਮੈਂਟ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਮਤਲਬ ਇਨਵਾਇਰਮੈਂਟ ਨੂੰ ਸਹੀ ਰੱਖਣ ਵਾਸਤੇ ਪੇੜਾਂ ਨੂੰ ਲਗਾਉਣਾ ਹੀ ਸਭ ਤੋਂ ਉਚਿਤ ਪ੍ਰਯਾਸ ਰਹੇਗਾ, ਜਿਹਦੇ ਵਿੱਚ ਸਾਡੀ ਉਮੀਦ ਚੈਰੀਟੇਬਲ ਫਾਊਂਡੇਸ਼ਨ ਜਿਹੜੀ ਕਿ ਪਿਛਲੇ 4-5 ਸਾਲਾਂ ਤੋਂ ਇਹ ਪ੍ਰਯਾਸ ਜਾਰੀ ਹੈ। ਹਰ ਸਾਲ ਜਦੋਂ ਰੇਨੀ ਸੀਜ਼ਨ ਸਟਾਰਟ ਹੁੰਦਾ ਹੈ ਤੇ ਅਸੀਂ ਪੇੜ ਲਗਾਉਣਾ ਸ਼ੁਰੂ ਕਰਦੇ ਹਾਂ। ਇਸ ਵਾਰ ਜੋ ਸਾਡੀ ਮੁਹਿੰਮ ਹੈ ਉਹ ਇਨਵਾਇਰਮੈਂਟ ਡੇ ਜੋ ਕਿ 5 ਜੂਨ ਨੂੰ ਹੁੰਦਾ ਹੈ ਉਹ ਉਸ ਦਿਨ ਸਟਾਰਟ ਕੀਤੀ ਗਈ। ਅਸੀਂ ਇਸ 1.5 ਮਹੀਨੇ ਦੇ ਦੌਰਾਨ ਵੱਖ ਵੱਖ ਥਾਵਾਂ 'ਤੇ ਪੇੜ ਲਗਾਏ, ਚਾਹੇ ਉਹ 4 ਮਰਲਾ ਕੁਆਟਰ ਹੋਏ, ਚਾਹੇ ਉਹ ਜੋਧਾ ਮਲ ਕਲੋਨੀ ਹੋਏ, ਚਿਲਡਰਨ ਪਾਰਕ ਦੇ ਕੋਲ ਹੋਏ, ਅਨੇਕਾਂ ਦੀ ਗਿਣਤੀ ਵਿੱਚ ਅਸੀਂ ਇਹ ਪੇੜ ਲਗਾਏ। ਅੱਜ ਅਸੀਂ ਇਸੀ ਮੁਹਿੰਮ ਦੇ ਤਹਿਤ ਪਹੁੰਚੇ ਹਾਂ ਸਿਵਲ ਹੋਸਪਿਟਲ, ਜਿਹਦੇ ਵਿੱਚ ਕਿ SMO ਸਰ ਸੁਨੀਲ ਚੰਦ ਜੀ ਦੀ ਦੇਖ ਰੇਖ ਵਿੱਚ ਉਹਨਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਇੱਥੇ ਪਲਾਂਟੇਸ਼ਨ ਕਰਨ ਵਾਸਤੇ, ਜਿਹਦੇ ਵਿੱਚ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਪਲਾਂਟਸ, ਚਾਹੇ ਉਹ ਫਰੂਟਸ ਪਲਾਂਟਸ ਹੋਣ, ਚਾਹੇ ਫਲਾਵਰ ਪਲਾਂਟ ਹੋਣ, ਮੈਡੀਸਨਲ ਪਲਾਂਟਸ ਹੋਣ, ਉਹ ਲਗਾਏ। ਅਤੇ ਅਸੀਂ ਇਹ ਜਿਹੜਾ ਪ੍ਰਯਾਸ ਹੈ ਹਮੇਸ਼ਾ ਹੀ ਜਾਰੀ ਰੱਖਾਂਗੇ ਅਤੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਅੱਛਾ ਇਨਵਾਇਰਮੈਂਟ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਅਤੇ ਇਹਦੇ ਵਿੱਚ ਸਾਨੂੰ ਸਾਰੇ ਜਿਹੜੇ ਦੇਸ਼ ਵਾਸੀ ਹੈ, ਲੋਕ ਹੈ, ਉਹਨਾਂ ਦੀ ਹੈਲਪ ਦੀ ਜ਼ਰੂਰਤ ਹੈ, ਕਿਉਂਕਿ ਕੋਈ ਵੀ ਮੁਹਿੰਮ ਜਿਹੜੀ ਆ ਉਹ ਇੱਕ ਬੰਦੇ ਦੇ ਚਲਾਉਣ ਨਾਲ ਜਾਂ ਕੁਛ ਸੰਸਥਾਵਾਂ ਦੇ ਚਲਾਉਣ ਨਾਲ ਨਹੀਂ ਹੁੰਦੀ। ਹਰ ਇੱਕ ਨੂੰ ਇਹਦੇ ਵਾਸਤੇ ਅੱਗੇ ਆਉਣਾ ਪਏਗਾ, ਆਪਣੇ ਆਸ ਪਾਸ ਦੇਖਣਾ ਪਏਗਾ ਕਿ ਜਿਹੜੀ ਅਸੀਂ ਇਨਵਾਇਰਮੈਂਟ ਨੂੰ ਖਰਾਬ ਕਰ ਰਹੇ ਹਾਂ ਅਸੀਂ ਉਹਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ। ਅਤੇ ਮੈਂ ਫਿਰ ਇੱਕ ਵਾਰ ਰਿਕੁਐਸਟ ਕਰਨੀ ਹੈ ਕਿ ਆਓ ਅਸੀਂ ਆਪਣੇ ਇਨਵਾਇਰਮੈਂਟ ਨੂੰ ਠੀਕ ਕਰਨ ਵਾਸਤੇ ਆਪਣੇ ਆਸ ਪਾਸ ਜਿਹੜੇ ਵੀ ਜੀਵ ਜੰਤੂ ਹੈ ਜੋ ਕਿ ਪੇੜਾਂ 'ਤੇ ਹੀ ਰਹਿੰਦੇ ਹਨ
ਉਹੀ ਉਹਨਾਂ ਦੀ ਘਰ ਹੈ, ਉਹੀ ਉਹਨਾਂ ਦਾ ਖਾਣਾ ਹੈ। ਉਹਨਾਂ ਵਾਸਤੇ ਕੁਛ ਕਰਕੇ ਜਾਈਏ ਅਤੇ ਇਸ ਮੁਹਿੰਮ ਨੂੰ ਅੱਗੇ ਵਧਾਈਏ। ਉਮੀਦ ਚੈਰੀਟੇਬਲ ਫਾਊਂਡੇਸ਼ਨ ਦੀ ਤਰਫ ਸੇ ਜੇ ਜੋ ਮੁਹਿੰਮ ਹੈ ਕਾਫੀ ਦੇਰ ਸੇ ਚੱਲ ਰਹੀ ਹੈ। ਇਹਨਾਂ ਨੇ ਕਈ ਜਗ੍ਹਾ ਪਰ ਪਲਾਂਟਸ ਲਗਵਾਏ ਹੈ। ਜੇ ਪਲਾਂਟਸ ਲਗਵਾਉਣੇ ਸੇ ਇੱਕ ਤੋਂ ਹਮੇ ਆਕਸੀਜਨ ਮਿਲਤੀ ਹੈ, ਇੱਕ ਗਰਮੀ ਕੇ ਮੌਸਮ ਮੇ ਹਮੇ ਰਾਹਤ ਮਿਲਤੀ ਹੈ। ਹਮਾਰੇ ਬੱਚੋਂ ਕੋ ਸਕੂਲੋਂ ਮੇ ਵੀ ਪਲਾਂਟਸ ਲਗਵਾਉਣੇ ਚਾਹੀਏ ਤਾਂ ਕਿ ਬੱਚੋਂ ਕੋ ਵੀ ਸਕੂਲੋਂ ਮੇ ਰਾਹਤ ਮਿਲੇ। ਇਸਸੇ ਹਮਾਰੀ ਕਈ ਤਰ੍ਹਾਂ ਕੀ ਬਿਮਾਰੀਆਂ ਵੀ ਦੂਰ ਹੋਤੀ ਹੈ। ਐਸੇ ਉਪਰਾਲੇ ਹਮੇ ਕਰਨੇ ਚਾਹੀਏ ਔਰ ਜਗ੍ਹਾ ਜਗ੍ਹਾ ਪਰ ਪਲਾਂਟਸ ਲਗਾਉਣੇ ਚਾਹੀਏ।